साहिबे कमाल सरबंसदानी अमृत के दाते धन धन श्री गुरु सिंह जी महाराज जी के 357 साल आगमन पुरब को मुख रखते हुए गुरुद्वारा श्री गुरु ग्रंथ साहिब पातशाही दसवीं पिंड आनंदपुर सानेवाल तो महान विशाल नगर कीर्तन सिरजया गया, जिस में सानेवाल दी समूह संगतों के वलों नगर कीर्तन के शामिल हुई समूह संगतों के लिए लंगर लगाए गए। इस मौके सानेवाल के वार्ड नंबर 10 के रामनगर दी समूह संगतों के वलों हलवा और दुधा लंगर भी लगाया गया। इस मौके पर वार्ड नंबर 10 के कौंसलर पति हरप्रीत सिंह, ASI दर्शन सिंह, इंद्रजीत सिंह, सवर्णजीत सिंह, सुखचैन सिंह, प्रीतम सिंह, चरणजीत सिंह, जगमोहन सिंह, जसपाल सिंह, जसमेल सिंह, मक्खण सिंह, प्रभजोत सिंह, तनिश छिबर, गुरनाम सिंह, गुरप्रीत सिंह अते वार्ड के रामनगर दी समूह संगतां मौजूद रही। इस मौके पर फर्स्ट वे चैनल की टीम ने पहुंच कवरेज करदे की गलबात, आओ देखते हैं एक रिपोर्ट। ਸਾਡੇ ਰੇਰੂ ਸਾਹਿਬ ਗੁਰਦੁਆਰੇ ਤੋਂ ਗੁਰੂ ਗੋਬਿੰਦ ਸਿੰਘ ਜੀ ਦੇ ਪ੍ਰਕਾਸ਼ ਪੁਰਬ ਦੇ ਸੰਬੰਧਿਤ ਅੱਜ ਨਗਰ ਕੀਰਤਨ ਨਿਕਲਿਆ ਕੱਢਿਆ ਗਿਆ ਅਤੇ ਸਾਡੇ ਰਾਮਨਗਰ ਵਾਸੀਆਂ ਨੇ ਦੇਸੀ ਘਿਓ ਅਤੇ ਦੁੱਧ ਦਾ ਲੰਗਰ ਲਾਇਆ ਅਤੇ ਸਾਰੇ ਨਗਰ ਨਿਵਾਸੀਆਂ ਨੂੰ ਅਤੇ ਵਰਲਡ ਦੇ ਸਾਰੇ ਨਗਰ ਨਿਵਾਸੀਆਂ ਨੂੰ ਗੁਰੂ ਗੋਬਿੰਦ ਸਿੰਘ ਜੀ ਦੀਆਂ ਲੱਖ ਲੱਖ ਵਧਾਈਆਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਤਨ ਤਨ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਪ੍ਰਕਾਸ਼ ਉਤਸਵ ਦੀਆਂ ਅੱਜ ਗੁਰੂ ਸਾਹਿਬ ਗੁਰਦੁਆਰਾ ਸਾਹਿਬ ਰੇਰੂ ਸਾਹਿਬ ਜੀ ਤੋਂ ਪਾਲਕੀ ਸਾਹਿਬ ਨਿਕਲੀ ਸੀਗੀ, ਨਗਰ ਕੀਰਤਨ ਦੇ ਰੂਪ 'ਚ ਸਾਰੇ ਜੋ ਹੁੰਦੇ ਹੋਏ ਰਾਮਨਗਰ ਵਿੱਚ ਆਈ ਆ। ਰਾਮਨਗਰ ਵਾਸੀਆਂ ਨੇ, ਨਗਰ ਵਾਸੀਆਂ ਨੇ ਇੱਥੇ ਮਿਲ ਜੁਲ ਕੇ ਸਮੂਹ ਸਾਧ ਸੰਗਤ ਨੇ ਅਤੇ ਦੁੱਧ ਦਾ ਲੰਗਰ ਅਤੇ ਹਲਵੇ ਦਾ ਲੰਗਰ ਲਾਇਆ ਜੀ। ਵਾਹਿਗੁਰੂ ਸਾਹਿਬ ਜੀ ਸਮੂਹ ਸਾਧ ਸੰਗਤ ਦਾ ਰਾਮਨਗਰ ਵਾਸੀ ਤਲੋ ਦਿਨੋਂ ਧੰਨਵਾਦ ਕਰਦੇ ਨੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਾਹਿਬ ਕਮਾਲ ਸਰਬਸਤਾਨੀ ਅੰਮ੍ਰਿਤ ਕੇ ਦਾਤੇ ਸਤਨ ਸ਼੍ਰੀ ਗੁਰੂ ਸਿੰਘ ਜੀ ਮਹਾਰਾਜ ਦੇ ਪ੍ਰਕਾਸ਼ ਪੁਰਬ ਦੇ ਵਿੱਚ ਜਿਹੜਾ ਕਿ ਅੱਜ ਮਹਾਨ ਵਿਸ਼ਾਲ ਨਗਰ ਕੀਰਤਨ ਜੋ ਸਾਹਨੇਵਾਲ ਤੋਂ ਸਿਰਜਿਆ ਗਿਆ ਔਰ ਜੋ ਰਾਮਨਗਰ ਦੀਆਂ ਸਮੂਹ ਸੰਗਤਾਂ ਦੇ ਵੱਲੋਂ ਜਿਹੜਾ ਕਿ ਅੱਜ ਹਲਵਾ ਔਰ ਦੇਸੀ ਘਿਓ ਦਾ ਹਲਵਾ ਜਿਹੜਾ ਔਰ ਉਸ ਦੇ ਨਾਲ ਦੁੱਧ ਦੇ ਪ੍ਰਸ਼ਾਦ ਦਾ ਲੰਗਰ ਲਗਾਇਆ ਗਿਆ ਸਮੂਹ ਸੰਗਤਾਂ ਦੇ ਲਈ, ਸਮੂਹ ਰਾਮਨਗਰ ਵਾਸੀਆਂ ਦੇ ਵੱਲੋਂ, ਸਮੂਹ ਦੇਸ਼ ਵਾਸੀਆਂ ਨੂੰ, ਸਮੂਹ ਇਲਾਕਾ ਨਿਵਾਸੀਆਂ ਨੂੰ ਗੁਰਪੁਰਬ ਦੀਆਂ ਬਹੁਤ ਬਹੁਤ ਵਧਾਈਆਂ।